सिद्धू मूसेवाला जी अमर रहे, सिद्धू मूसेवाला जी अमर रहे, सिद्धू मूसेवाला जी अमर रहे, सिद्धू मूसेवाला जी तुहानू सच्ची श्रद्धांजलि अदा तुहाडा जन्मदिन अज असीं मना रहे आ। सिद्धू मूसेवाला बड़ा बच्चा नाल प्यार करदा हैगा सी, पापा ने कहा सिद्धू मूसेवाला जन्मदिन मनाना हैगा ते पापा फिर मण के नाल लग गया। इन्हां उन्हां लोकां च जिन्हां लोकां च कदी जन्मदिन कदी नहीं मनाया हुंदा, वो जिहड़े गरीब लोग खास करके ढोपड़ियां वाले ने, इन्हां विच आके जिहड़ी आ सिद्धू मूसे दी जिहड़ी याद आ उस नूं ताजा कीता गया, इन्हां विच जिहड़ी खुशी मनाई गई। तुसीं देखिया बच्चे दे चेहरे ते उदासी आ गई, उसका जिहड़ा वा गायक आ सिद्धू मूसे वाला अज दुनिया ते नहीं रहा, पर उस नूं चाहुण वाले बहुत ने, उस नूं प्यार करन वाले बहुत ने। ਮੈਨੂੰ ਦੱਸੋ ਆਰੀਆ, ਜਦੋਂ ਤੁਹਾਨੂੰ ਪਤਾ ਲੱਗਾ ਵੀ ਸਿੱਧੂ ਮੂਸੇ ਵਾਲਾ ਦੁਨੀਆਂ 'ਤੇ ਨਹੀਂ ਰਿਹਾ, ਤਾਂ ਉਸ ਟਾਈਮ 'ਤੇ ਤੁਹਾਡੇ ਕੀ ਹਾਲਾਤ ਸੀ, ਕਿਸ ਤਰ੍ਹਾਂ ਤੁਸੀਂ ਜਿਹੜਾ ਤੁਹਾਨੂੰ ਦੱਸਿਆ ਕਿ ਸਿੱਧੂ ਮੂਸੇ ਦੁਨੀਆਂ ਚਲ ਗਿਆ? ਅਤੇ ਮੇਰੇ ਪਾਪਾ ਨੇ ਸਿੱਧੂ ਮੂਸੇ ਦੀ ਡੈਥ ਹੋ ਗਈ ਆ, ਨਿਊਜ਼ 'ਤੇ ਆਉਂਦੇ ਅਤੇ ਮੈਂ ਬਹੁਤ ਰੋਇਆ, ਮੈਂ ਰੋਟੀ ਤੱਕ ਨਹੀਂ ਖਾਧੀ ਸਰ। ਕਿਹਾ ਗਿਆ ਵੀ ਸਿੱਧੂ ਮੂਸੇ ਵਾਲਾ ਕਦੇ ਵੀ ਜਿਹੜਾ ਮਰ ਨਹੀਂ ਸਕਦਾ, ਹਮੇਸ਼ਾ ਸਾਡੇ ਦਿਲਾਂ ਵਿੱਚ ਰਾਜ ਕਰਦਾ ਰਹੇਗਾ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਹਰਜੀਤ ਗਰੇਵਾਲ। ਤੁਸੀਂ ਦੇਖਿਆ ਵੀ ਕਿਸ ਤਰ੍ਹਾਂ ਸਿੱਧੂ ਮੂਸੇ ਵਾਲੇ ਨੂੰ ਜਿਹੜਾ ਕਿ ਚਾਹੁਣ ਵਾਲੇ ਨੇ, ਉਹਨਾਂ ਦੇ ਪਿਛਲੀ ਜਾਨੀ ਕਿਸ ਤਰ੍ਹਾਂ ਜਿਹੜੇ ਨੇ ਉਹਨਾਂ ਨੇ ਆਪਣੀ ਯਾਦ ਵਿੱਚ ਜਿਹੜੇ ਨੇ ਉਹਨਾਂ ਦੇ ਫੈਨ ਨੇ ਕਿਸ ਤਰ੍ਹਾਂ ਜਿਹੜੇ ਆਪਣੇ ਬਾਹਾਂ 'ਤੇ ਟੈਟੂ ਬਣਾਏ ਸੀ, ਅਤੇ ਮੈਨੂੰ ਸਿੱਧੂ ਮੂਸੇ ਵਾਲੇ ਦੇ ਉਹ ਗੀਤ ਚੇਤ ਜਿਹੜੀਆਂ ਦੋ ਲੈਣਾ ਚੇਤੇ ਆ ਗਈਆਂ ਨੇ। ਸਿੱਧੂ ਮੂਸੇ ਵਾਲੇ ਕਹਿੰਦੇ ਹੁੰਦੇ ਆਪਣੀ ਗੀਤ 'ਚ ਵੀ ਮੇਰੇ ਮਰਨ ਤੋਂ ਬਾਅਦ ਮੇਰੇ ਯਾਰਾਂ ਦੇ ਬਾਹਾਂ 'ਤੇ ਮੇਰੇ ਟੈਟੂ ਹੋਣਗੇ, ਅਤੇ ਬਿਲਕੁਲ ਉਸੇ ਤਰ੍ਹਾਂ ਹੋਇਆ, ਜਿਸ ਤਰ੍ਹਾਂ ਵੀ ਵੱਧ ਚੜ੍ਹ ਕੇ ਨੌਜਵਾਨਾਂ ਨੇ ਜਿਹੜੇ ਉਹਨਾਂ ਆਪਣੀਆਂ ਬਾਹਾਂ 'ਤੇ ਜਿਹੜੇ ਕਿ ਸਿੱਧੂ ਮੂਸੇ ਵਾਲੇ ਦੇ ਟੈਟੂ ਬਣਾਏ ਨੇ, ਅਤੇ ਅੱਜ ਸਿੱਧੂ ਮੂਸੇ ਵਾਲਾ ਜਿਹੜਾ ਜਨਮਦਿਨ ਆ, ਕਿਉਂਕਿ ਉਹ ਮਨਹੂਸ ਘੜੀ ਜਿਹੜੀ ਕਿ 29-5 ਨੂੰ ਜਦੋਂ ਸਿੱਧੂ ਮੂਸੇ ਵਾਲਾ ਜਿਹੜਾ ਕਿ ਸਾਡਾ ਪੰਜਾਬ ਦਾ ਪੁੱਤਰ ਇਸ ਦੁਨੀਆ 'ਤੇ ਨਹੀਂ ਰਿਹਾ, ਉਸ ਦਾ ਜਿਹੜਾ ਕਾਤਲਾਮਾ ਉਸ 'ਤੇ ਹਮਲਾ ਹੁੰਦਾ ਵਾ ਅਤੇ ਉਸ ਤੋਂ ਬਾਅਦ ਉਸਦੀ ਮੌਤ ਹੋ ਜਾਂਦੀ ਆ, ਅਤੇ ਪੂਰੇ ਵਰਲਡ ਵਿੱਚ ਜਿਹੜਾ ਕਿ ਇਹ ਸੋਗ ਦੀ ਲਹਿਰ ਮੱਚ ਜਾਂਦੀ ਆ, ਅਤੇ ਉਸ ਮਾਂ ਦਾ ਜਿਹੜਾ ਪੁੱਤ ਇਸ ਦੁਨੀਆ ਤੋਂ ਚਲੇ ਜਾਂਦਾ ਵਾ, ਪਰ ਉਸ ਤੋਂ ਬਾਅਦ ਬਹੁਤ ਲੋਕ ਸ਼ਰਧਾਂਜਲੀ ਦਿੰਦੇ ਨੇ ਜਿਹੜੇ ਕਿ ਚਾਹੁਣ ਵਾਲੇ ਹੁੰਦੇ ਨੇ, ਪੂਰੀ ਪੂਰੀ ਵਰਲਡ 'ਚ ਜਿਹੜਾ ਉਹਨਾਂ ਨੇ ਚਾਹੁਣ ਵਾਲੇ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਆ। ਅਤੇ ਅੱਜ ਗੱਲ ਕਰੀਏ ਸਿੱਧੂ ਮੂਸੇ ਦਾ ਜਨਮਦਿਨ ਆ 11 ਤਰੀਕ ਨੂੰ, ਅਤੇ ਵੱਧ ਚੜ੍ਹ ਕੇ ਜਿਹੜੇ ਲੋਕ ਜਨਮਦਿਨ ਮਨਾ ਰਹੇ ਨੇ, ਜਿੱਥੇ ਕਿ ਨੌਜਵਾਨ ਵੀ ਜਿਹੜੇ ਸਿੱਧੂ ਮੂਸੇ ਵਾਲੇ ਦੇ ਫੈਨ ਨੇ, ਉੱਥੇ ਛੋਟੇ ਛੋਟੇ ਬੱਚੇ ਵੀ ਜਿਹੜੇ ਸਿੱਧੂ ਮੂਸੇ ਵਾਲੇ ਦੇ ਫੈਨ ਨੇ, ਤੁਹਾਨੂੰ ਗੱਲਬਾਤ ਕਰਾਵਾਂਗੇ ਇਸ ਬੱਚੇ ਦੇ ਨਾਲ ਵੀ ਜਿਹੜਾ ਕਿ ਸਿੱਧੂ ਮੂਸੇ ਵਾਲੇ ਦਾ ਬੜਾ ਵੱਡਾ ਫੈਨ ਹੈ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਵੀਰ ਦੇ ਨਾਲ। ਬੇਟਾ ਕੀ ਨਾਮ ਤੇਰਾ ਅਤੇ ਕਿੰਨੀ ਉਮਰ ਤੁਹਾਡੀ? ਮੇਰਾ ਨਾਮ ਆਰਿਆ ਹੈ, ਮੇਰੀ 12 ਸਾਲ। ਅਤੇ ਮੈਨੂੰ ਦੱਸੋ ਵੀ ਸਿੱਧੂ ਮੂਸੇ ਵਾਲਾ ਜਿਹੜਾ ਗਾਇਕ ਆ, ਕਦੋਂ ਦੇ ਤੁਸੀਂ ਉਹਦੇ ਫੈਨ ਜੀ? ਇੱਕ ਹੋਰ ਗਾਣਾ ਹੈ ਡਾਲਰ ਵਾਂਗੂ ਨਹੀਂ ਨਾਮ ਥੋੜ੍ਹਾ ਚੱਲ ਰਿਹਾ, ਉਹਦਾ ਮੈਂ ਗਾਣਾ ਸੁਣਨ ਲੱਗ ਗਿਆ ਉਹਦੇ। ਠੀਕ ਆ, ਅਤੇ ਦੋ ਲੈਣਾ ਜ਼ਰੂਰ ਸਾਡੇ ਦਰਸ਼ਕਾਂ ਨਾਲ ਸਾਂਝੀ ਕਰ ਦਿਓ, ਸਿੱਧੂ ਮੂਸੇ ਵਾਲੇ ਦੇ ਅੱਜ ਜਨਮਦਿਨ ਆ, ਉਸ ਦੀਆਂ ਦੋ ਲੈਣਾ ਗਾਣੇ ਜ਼ਰੂਰ ਸੁਣਾਓ। ਮੁਸੀਬਤਾਂ ਦੇ ਮਰਦਾਂ ਦੇ ਪੈਂਦੀ ਰਹਿੰਦੀ ਹੈ, ਜਿਵੇਂ ਦੁਨੀਆ ਸਵਾਦ ਲੈਂਦੀ ਹੈ, ਜਿਹੜੇ ਰਸਤੇ 'ਤੇ ਤੂੰ ਉਤਰਿਆ ਇੱਥੇ ਬਦਨਾਮੀ ਹਾਈ ਰੇਟ ਮਿਲੂਗੀ, ਨਹੀਂ ਤਾਂ ਕੰਟਰੋਲ ਸਕਰੇਟ ਮਿਲੂਗੀ, ਧਰਮਾਂ ਦੇ ਨਾਮ 'ਤੇ ਡਬੇਟ ਮਿਲੂਗੀ, ਸੱਚ ਬੋਲੇਗਾ ਤੈਨੂੰ 295 'ਚ ਹੇਟ ਮਿਲੂਗੀ। ਵਾਹ ਵਾਹ, ਤੁਸੀਂ ਦੇਖਿਆ ਛੋਟਾ ਜਿਹਾ ਬੱਚਾ ਜਿਹੜਾ ਵਾ ਸਿੱਧੂ ਮੂਸੇ ਵਾਲਾ ਬਹੁਤ ਵੱਡਾ ਫੈਨ ਆ, ਅਤੇ ਅੱਜ ਵੀ ਜਿਹੜਾ ਸਿੱਧੂ ਮੂਸੇ ਨੂੰ ਜਿਹੜਾ ਯਾਦ ਕਰ ਰਿਹਾ ਵਾ ਅਤੇ ਬਹੁਤ ਵੱਡੇ ਜਿਹੜੇ ਆ। ਅਤੇ ਮੈਨੂੰ ਦੱਸੋ ਆਰੀਆ, ਜਦੋਂ ਤੁਹਾਨੂੰ ਪਤਾ ਲੱਗਾ ਵੀ ਸਿੱਧੂ ਮੂਸੇ ਵਾਲਾ ਦੁਨੀਆਂ 'ਤੇ ਨਹੀਂ ਰਿਹਾ, ਤਾਂ ਉਸ ਟਾਈਮ 'ਤੇ ਤੁਹਾਡੇ ਕੀ ਹਾਲਾਤ ਸੀ, ਕਿਸ ਤਰ੍ਹਾਂ ਤੁਸੀਂ ਜਿਹੜਾ ਤੁਹਾਨੂੰ ਦੱਸਿਆ ਕਿ ਵੀ ਸਿੱਧੂ ਮੂਸੇ ਦੁਨੀਆਂ ਚਲ ਗਿਆ? ਅਤੇ ਮੇਰੇ ਪਾਪਾ ਨੇ ਸਿੱਧੂ ਮੂਸੇ ਦੀ ਡੈਥ ਹੋ ਗਈ ਆ, ਨਿਊਜ਼ 'ਤੇ ਆਉਂਦੇ ਅਤੇ ਮੈਂ ਬਹੁਤ ਰੋਇਆ, ਮੈਂ ਰੋਟੀ ਤੱਕ ਨਹੀਂ ਖਾਧੀ ਸਰ। ਅਤੇ ਮੈਨੂੰ ਦੱਸੋ ਵੀ ਕਦੀ ਸਿੱਧੂ ਮੂਸੇ ਵਾਲਾ ਕਦੀ ਮਿਲਣ ਦੀ ਕੋਸ਼ਿਸ਼ ਹੋਈ ਹੈ ਵੀ ਸਿੱਧੂ ਮੂਸੇ ਵਾਲਾ ਮਿਲਿਆ ਜਾਵੇ? ਕਿਹੜਾ ਪਿੰਡ ਸੀ ਉਹਦਾ, ਕਿੱਥੇ ਰਹਿੰਦਾ ਸੀ ਉਹ? ਉਹ ਮੂਸੇ ਵਾਲੇ ਪਿੰਡ ਰਹਿੰਦਾ ਸੀ, ਮੈਨੂੰ ਪਾਪਾ ਨੂੰ ਕਿਹਾ ਸੀ ਕਿ ਸਿੱਧੂ ਮੂਸੇ ਵਾਲਾ ਮਿਲਣਾ, ਪਾਪਾ ਨੇ ਕਿਹਦੇ ਮਿਲਾਂਗੇ ਆਪਾਂ, ਬਾਅਦ 'ਚ ਪਤਾ ਲੱਗਾ ਕਿ ਡੈਥ ਹੋ ਗਈ ਉਹਦੀ। ਅਸੀਂ ਦੇਖਿਆ ਵੀ ਟਿੱਬਿਆਂ ਦਾ ਪੁੱਤ ਵੀ ਕਿਹਾ ਜਾਂਦਾ ਸੀ, ਵੀ ਟਿੱਬਿਆਂ ਦਾ ਜਿਹੜਾ ਪੁੱਤ ਸੀ ਸਿੱਧੇ ਮੂਸੇ ਵਾਲਾ ਬੜਾ ਮਸ਼ਹੂਰ ਸੀ, ਪੂਰੀ ਦੁਨੀਆ 'ਤੇ ਜਿਹੜਾ ਨਾਂ ਰੋਸ਼ਨ ਕਰ ਦਿੱਤਾ, ਬਹੁਤ ਘੱਟ ਸਮੇਂ ਜਿਹੜਾ ਉਹਨੇ ਆਪਣਾ ਵਰਲਡ 'ਚ ਪੂਰਾ ਨਾਂ ਰੋਸ਼ਨ ਕਰ ਦਿੱਤਾ ਸੀ। ਅਤੇ ਮੈਨੂੰ ਦੱਸੋ ਵੀ ਹੋਰ ਕਿਹੜੇ ਕਿਹੜੇ ਗੀਤ ਨੇ ਜਿਹੜੇ ਸਿੱਧੂ ਮੂਸੇ ਦਾ ਤੁਹਾਨੂੰ ਯਾਦ ਨੇ, ਜਿਹੜੇ ਤੁਹਾਨੂੰ ਚੇਤੇ ਆਉਂਦੇ ਨੇ? ਡਾਲਰਾਂ ਵਾਂਗੂ ਨਹੀਂ ਨਾਮ ਛੜਾ ਚੱਲਦਾ। ਅਤੇ ਮੈਨੂੰ ਦੱਸੋ ਆ ਜਿਹੜਾ ਜਨਮਦਿਨ ਮਨਾਇਆ ਗਿਆ ਸਿੱਧੂ ਮੂਸੇ ਵਾਲੇ ਦਾ, ਕਿਸ ਤਰ੍ਹਾਂ ਨਾਲ ਜਹਿਨ 'ਚ ਆਇਆ ਵੀ ਇਸ ਤਰ੍ਹਾਂ ਜਨਮਦਿਨ ਮਨਾਇਆ ਜਾਵੇ, ਆ ਕੇ ਜਿਹੜੇ ਲੋਕ ਨੇ ਜਿਹੜੇ ਕਿ ਗਰੀਬ ਲੋਕ ਜਿਹੜੇ ਖਾਸ ਕੇ ਅਸੀਂ ਦੇਖਿਆ ਝੋਪੜੀਆਂ ਵਾਲੇ, ਇਹਨਾਂ ਨਾਲ ਬੱਚਿਆਂ ਨੂੰ ਜਨਮਦਿਨ ਮਨਾਇਆ, ਕਿਸ ਤਰ੍ਹਾਂ ਜਹਿਨ 'ਚ ਆਇਆ? ਸਿੱਧੂ ਮੂਸੇ ਵਾਲਾ ਬੜਾ ਬੱਚਾ ਨਾਲ ਪਿਆਰ ਕਰਦਾ ਹੈਗਾ ਸੀ, ਪਾਪਾ ਨੂੰ ਕਿਹਾ ਸਿੱਧੂ ਮੂਸੇ ਵਾਲਾ ਜਨਮਦਿਨ ਮਨਾਉਣਾ ਹੈਗਾ, ਅਤੇ ਪਾਪਾ ਫਿਰ ਮੰਨ ਗਏ, ਨਾਲ ਲੈ ਕੇ ਆਏ? ਹਾਂਜੀ, ਅੱਜ ਉਹਦਾ ਜਨਮਦਿਨ ਹੈਗਾ, ਅੱਜ ਮਨਾਇਆ। ਮੈਨੂੰ ਦੱਸੋ ਵੀ ਜਨਮਦਿਨ ਦੇ ਨਾਲ ਨਾਲ ਦੁੱਖ ਕਿੰਨਾ ਕੁ ਲੱਗਾ ਵੀ ਅੱਜ ਸਿੱਧੂ ਮੂਸੇ ਵਾਲਾ ਜਿਹੜਾ ਅੱਜ ਗਾਇਕ ਆ ਉਸ ਦੁਨੀਆ ਤੋਂ ਨਹੀਂ ਹੈਗਾ, ਸਾਡੇ ਵਿੱਚ ਨਹੀਂ ਹੈਗਾ, ਦੁੱਖ ਕਿੰਨਾ ਕੁ ਲੱਗਾ ਅੱਜ? ਦੁੱਖ ਤਾਂ ਬਹੁਤ ਜ਼ਿਆਦਾ ਲੱਗਾ ਸਿੱਧੂ ਮੂਸੇ ਵਾਲਾ ਨਹੀਂ ਸੁਣਿਆ ਕਰਿਆ।
कि लगता भी अजिहा जो माँ का पोते आ जा अजिहा गायक है जो सानू दुनिया तो फिर वापस नहीं मिलना सानू है जहाँ बहुत दुख लगा सिद्धू मूसे चले गया इस दुनिया तो। ठीक है जी, तुम देखा जो छोटा जहा बच्चा आ रही ना इस बच्चे का तो सिद्धू मूसेवाल का बहुत वड्डा फैन है, मन च चाह सी सिद्धू मूसेवाल के पिंड जाके मूसे पिंड जाके सिद्धू मूसेवाल मिले जाए पर परमात्मा ने वो कड़ी नहीं लियांदी अते ये जिहड़ा सिद्धू मूसेवाला दुनिया तो चला गया पर बच्चे का चाह विच रह गया। कहीं सोचा सी कहीं पापा नूं कहा सी भी पापा मूसे पिंड चलीए सिद्धू मूसेवाल मिल के आईए जी, पापा नूं कहा पापा कहिंदे मिलावां के दिन ते फिर डैथ हो गई 29 तरीक नूं। तुसीं देखिया बच्चे दे चेहरे ते उदासी आ कि उसका जिहड़ा वा गायक है सिद्धू मूसेवाला अज दुनिया ते नहीं रहा पर उसनूं चाहुण वाले बहुत ने उसनूं प्यार करन वाले बहुत ने। तुसीं देखिया अज किसा जिहड़ा अपने पापा नूं नाल लै के जन्मदिन मनाया गया अते इन्हां उन्हां लोकां च जिन्हां लोकां च कदी जन्मदिन कभी नहीं मनाया होंदा वो जो गरीब लोग खास करके झोपड़ियां वाले ने इन्हां विच आके जिहड़ी आ सिद्धू मूसे दी जिहड़ी याद आ उसनूं ताज़ा किया गया अते इन्हां विच जिहड़ी खुशी मनाई गई। हुण गलबात करांगे आर्यन दे पिता जिहड़ी उह साडे नाल ने ते उन्हां पुछदे आ भी अजे कुमार जी किस तरह जहन च आया बच्चे नाल आए जी सिद्धू मूसेवाला जिहड़ा जन्मदिन मनाया गया किस तरह तुहाडे जहन च आया चीनू आके? देखो जी ऐ मेरा बेटा सिद्धू मूसेवाला दे बहुत ज़्यादा गाने सुनता आ ते बहुत वड्डा फैन आ ते इन्हें मैंने कहा पापा सिद्धू मूसेवाला दी मैनूं बहुत याद आ रही आ दो दिन रोटी नहीं खाधी इन्हें इन्हें मैंने कहा कि मैं उहदा जन्मदिन मनाना चाहना ते मैं अपने साथियों के नाल अपने दोस्त आ सारे यार ते मैं इन्हां नूं नाल लै के बेटे नूं आया केक लै के आए आपां ते सिद्धू मूसेवाला गरीब बच्चों का बहुत ज़्यादा प्यार करते सी ते ਸਾਡੇ ਸਾਡਾ ਵੀ ਪੰਜਾਬ ਦਾ ਹੀਰਾ ਅਨਮੋਲ ਹੀਰਾ ਸਿੱਧੂ ਮੂਸੇਵਾਲਾ ਕਿਉਂਕਿ ਪੰਜਾਬ ਦਾ ਪੁੱਤ ਚਲਾ ਗਿਆ ਸਾਡਾ ਜਿਹਨੇ ਵਰਲਡ ਫੇਮਸ ਹੋ ਗਿਆ ਸੀ ਅਤੇ ਮੇਰੇ ਦਿਲ ਨੂੰ ਵੀ ਦੁੱਖ ਲੱਗਾ ਹੈ ਜਿੱਦਣ ਦੀ ਉਹਦੀ ਡੈਥ ਹੋਈ ਆ ਅਤੇ ਅਸੀਂ ਕਿਹਾ ਕਿ ਚੱਲ ਜਿਹੜਾ ਜਨਮਦਿਨ ਜ਼ਰੂਰ ਮਨਾਵਾਂਗੇ ਨਾਲੇ ਸੱਚੀ ਸ਼ਰਧਾਂਜਲੀ ਦੇਵਾਂਗੇ ਅਸੀਂ ਅਤੇ ਇਸ ਕਰਕੇ ਮੈਂ ਆਪਣੇ ਬੇਟੇ ਆਰਿਆਂ ਨੂੰ ਲੈ ਕੇ ਆ ਨਾਲ ਮੇਰੇ ਸਾਥੀ ਸਾਰੇ ਆਏ ਆ ਅਤੇ ਇਹਨਾਂ ਨੂੰ ਮੈਂ ਗੱਲ ਕੀਤੀ ਆ ਉਹ ਕਹਿੰਦੇ ਅਸੀਂ ਵੀ ਚੱਲਾਂਗੇ ਸਾਰੇ ਅਤੇ ਅਸੀਂ ਗਰੀਬ ਬਸਤੀ ਦੇ ਵਿੱਚ ਆ ਕੇ ਗਰੀਬ ਬੱਚਿਆਂ ਦੇ ਨਾਲ ਬਹਿ ਕੇ ਨਾਲੇ ਕੇਕ ਖਵਾਦਾ ਆ ਨਾਲੇ ਸ਼ਰਧਾਂਜਲੀ ਦਿੱਤੀ ਆ ਨਾਲੇ ਜਨਮਦਿਨ ਮਨਾਇਆ। ਮੇਰੇ ਸੋ ਜੇ ਕੁਮਾਰ ਜੀ ਤੁਹਾਡਾ ਬੱਚਾ ਤੇ ਸਿੱਧੂ ਮੂਸੇਵਾਲਾ ਦਾ ਫੈਨ ਹੈਗਾ ਸੀ ਹੈਗਾ ਤੁਸੀਂ ਵੀ ਸਿੱਧੂ ਮੂਸੇਵਾਲਾ ਦੇ ਫੈਨ ਸੀਗੇ ਜਾਂ ਉਸ ਤੋਂ ਮਰਨ ਤੋਂ ਬਾਅਦ ਉਸੇ ਫੈਨ ਹੋਏ ਜੀ? ਦੇਖੋ ਜੀ ਮੈਂ ਤੇ ਤੁਹਾਨੂੰ ਸਾਚੀ ਦੱਸੂਗਾ ਮੈਂ ਗਾਣੇ ਗੁਣੇ ਘੱਟ ਹੀ ਸੁਣਦਾ ਮਗਰ ਜਦੋਂ ਉਹਦਾ ਉਹਨਾਂ ਦੀ ਡੈਥ ਹੋਈ ਉਦੋਂ ਮੈਂ ਉਹਨਾਂ ਦੇ ਗਾਣੇ ਜ਼ਰੂਰ ਸੁਣੇ ਆ ਮਗਰ ਮੇਰਾ ਉਹਨਾਂ ਦਾ ਮਤਲਬ ਫੈਨ ਤਾਂ ਨਹੀਂ ਕਿ ਸਮਝੋ ਦਿਲੋਂ ਹੀ ਫੈਨ ਬਣ ਗਿਆ ਕਿ ਜਿਹੜੇ ਸੱਚੇ ਗਾਣੇ ਗਾਏ ਸੀ ਸੱਚੀਆਂ ਚੀਜ਼ਾਂ ਉਹਨਾਂ ਨੇ ਗਾਈਆਂ ਸੀ ਜਿਹੜੇ ਦੋ ਚਾਰ ਬੋਲ ਵੀ ਇਹਨੇ ਵੀ ਮੁੰਡੇ ਨੇ ਵੀ ਗਾਏ ਆ ਅਤੇ ਮੁੰਡੇ ਨੇ ਮੈਨੂੰ ਵੀ ਸਿਖਾ ਦਿੱਤੇ ਚਲੋ ਮੈਂ ਜ਼ਿਆਦਾ ਕੁਛ ਸਿੰਗਰ ਤਾਂ ਹੈਗਾ ਨਹੀਂ ਆ ਅਤੇ ਜੇ ਕੁਛ ਦੋ ਲੈਣਾ ਮੇਰੇ ਕੋਲ ਗਲਤ ਵੀ ਹੋ ਜਾਂਦਾ ਕੋਈ ਗੱਲ ਨਹੀਂ ਆ ਅਤੇ ਮੈਂ ਤੁਹਾਨੂੰ ਸੁਣਾਉਣਾ ਵੀ ਚਾਹੂੰਗਾ ਇਹ ਮੈਂ ਸੁਣੀਆਂ ਤਾਂ ਮੈਨੂੰ ਬੜੀਆਂ ਅੱਛੀਆਂ ਲੱਗੀਆਂ ਬਹੁਤ ਮਤਲਬ ਚੰਗਾ ਉਹਨੇ ਗਾਇਆ ਸੱਚਾ ਹੀ ਗਾਈ ਆ ਉਹਨੇ ਜਿਹੜੇ ਬੋਲ ਆ ਮੁਸੀਬਤਾਂ 'ਤੇ ਮਰਦਾਂ 'ਤੇ ਪੈਂਦੀਆਂ ਰਹਿੰਦੀ ਆ ਡੱਬੀ ਨਾਲ ਤੂੰ ਲੋਕ ਸਵਾਦ ਲੈਂਦੇ ਆ ਮੁਸੀਬਤਾਂ 'ਤੇ ਮਰਦਾਂ 'ਤੇ ਪੈਂਦੀ ਰਹਿੰਦੀ ਆ ਡੱਬੀ ਨਾਲ ਤੂੰ ਲੋਕ ਸਵਾਦ ਲੈਂਦੇ ਆ ਜਿਹੜੇ ਰਸਤੇ ਦੇ ਵਿੱਚ ਤੂੰ ਤੁਰੇ ਆ ਉੱਥੇ ਬਦਨਾਮੀ ਹਾਈ ਰੇਟ ਮਿਲੂਗੀ ਨਿਤ ਕਨਵਰਸੀ ਕਰੇਟ ਮਿਲੂਗੀ ਧਰਮਾਂ ਦੇ ਨਾਮ 'ਤੇ ਡਬੇਟ ਮਿਲੂਗੀ ਸੱਚ ਮਿਲੇ ਬੋਲੇਗਾ ਅਤੇ ਦੋ ਮਿਲੇਗੀ 295 ਕਰੇਗਾ ਤਰੱਕੀ ਅਤੇ ਹੇਠ ਮਿਲੂਗੀ ਕਰੇਗਾ ਤਰੱਕੀ ਅਤੇ ਹੇਠ ਮਿਲੂਗੀ ਉਹ ਵਾਕਈ ਸੱਚ ਬੋਲ ਕੇ ਗਿਆ ਬੰਦਾ ਸੱਚਾ ਬੰਦਾ ਸੀ ਸੱਚਾ ਬੰਦਾ ਸੀ ਸੱਚ ਬੋਲ ਗਿਆ ਜਿਹੜੀਆਂ ਲੈਣਾ ਸਾਡੇ ਦਿਲਾਂ 'ਚ ਜਬਾ ਗਿਆ ਇਹ ਵਾਕਈ ਹੀ ਸੱਚ ਕਰਕੇ ਗਿਆ ਅਤੇ ਮੈਂ ਵੀ ਅੱਜ ਤੁਹਾਨੂੰ ਕਹਿਣਾ ਕਿ ਮੈਂ ਵੀ ਇੱਕ ਸਮਾਜ ਸੇਵਕ ਆ ਅਤੇ ਮੈਂ ਅੱਜ ਤੁਹਾਡੇ ਨਾਲ ਵਾਅਦਾ ਕੀਤਾ ਮੈਂ ਹਰ ਇੱਕ ਧਰਮ ਦਾ ਸਤਿਕਾਰ ਕਰਦਾ ਹਰ ਧਰਮ ਨਾਲ ਪਿਆਰ ਕਰਦਾ ਅਤੇ ਕਦੀ ਵੀ ਧਰਮਾਂ ਦੇ ਨਾਮ 'ਤੇ ਡਿਬੇਟ ਨਹੀਂ ਕਰੂੰਗਾ ਅੱਜ ਜਿਹੜੀ ਉਹ ਚੀਜ਼ ਕਹਿ ਕੇ ਗਿਆ ਅਸੀਂ ਉਹਨਾਂ ਦੇ ਅਮਲ ਕਰਾਂਗੇ ਅਤੇ ਮੈਂ ਆਪਣੇ ਨੌਜਵਾਨਾਂ ਨੂੰ ਕਹੂੰਗਾ ਕਦੀ ਵੀ ਧਰਮਾਂ ਦੇ ਨਾਮ 'ਤੇ ਇੱਕ ਦੂਜੇ ਨਾਲ ਲੜਨਾ ਨਾ ਹਰ ਕਿਸੇ ਨੂੰ ਏਕਾ ਰੱਖਣਾ ਹਿੰਦੂ ਮੁਸਲਿਮ ਸਿੱਖ ਈਸਾਈ ਆਪਸ ਮੇਂ ਹੈ ਬਾਈ ਬਾਈ ਅਸੀਂ ਏਕਤਾ ਵਿੱਚ ਰਹਿਣਾ ਉਹ ਸਾਡੇ ਪੰਜਾਬ ਨੂੰ ਸਿਖਾ ਕੇ ਗਿਆ ਕਿ ਆਪਾਂ ਇਕੱਠੇ ਰਹਿਣਾ ਆ ਇਕੱਲੇ ਇਕੱਲੇ ਨਹੀਂ ਰਹਿਣਾ। ਲੱਗਦਾ ਜੀ ਕੁਮਾਰੀ ਜਿਹੜਾ ਸਿੱਧੂ ਮੂਸੇਵਾਲਾ ਵਾ ਉਸਦਾ ਜਿਹੜਾ ਇੱਕ ਵਧੀਆ ਮਸ਼ਹੂਰ ਹੋਣਾ ਜਿਹੜਾ ਉਸਨੂੰ ਗੁਨਾਹ ਹੋ ਗਿਆ ਕਿਉਂਕਿ ਜਦੋਂ ਮਸ਼ਹੂਰ ਹੋਏਗਾ ਬੰਦਾ ਅਤੇ ਉਹਦਾ ਗੁਨਾਹ ਹੋ ਗਿਆ ਜਿਹੜਾ ਉਸ ਦੁਨੀਆ ਤੋਂ ਚਲ ਗਿਆ ਅੱਜ? ਦੇਖੋ ਜੀ ਜਿੱਦਣ ਉਹਨਾਂ ਦਾ ਭੋਗ ਸੀ ਮੈਂ ਟੀਵੀ 'ਚ ਦੇਖ ਰਿਹਾ ਸੀ ਮੈਂ ਪਹੁੰਚ ਨਹੀਂ ਸਕਿਆ ਉੱਥੇ ਮਗਰ ਮੈਂ ਟੀਵੀ 'ਚ ਸਾਰਾ ਦਿਨ ਉਹਨਾਂ ਦਾ ਭੋਗ ਦੇਖਦਾ ਰਿਹਾ ਅਤੇ ਮੈਂ ਉਹਨਾਂ ਦੇ ਪਿਤਾ ਜੀ ਅਤੇ ਮਾਤਾ ਜੀ ਦਾ ਭਾਸ਼ਣ ਵੀ ਸੁਣਿਆ ਉਹਨਾਂ ਨੇ ਜਿਹੜੇ ਦਿਲ ਦੀਆਂ ਆਵਾਜ਼ਾਂ ਨਾਲ ਕਿਹਾ ਨਾ ਜਿਹੜਾ ਕਿ ਕਿਸ ਤਰ੍ਹਾਂ ਉਹ ਗਰੀਬੀ 'ਚੋਂ ਨਿਕਲਿਆ ਕਿਸ ਤਰ੍ਹਾਂ ਉਹ ਗਰੀਬੀ ਵਿੱਚ ਪਲਿਆ ਅਤੇ ਕਿਸ ਤਰ੍ਹਾਂ ਉਹਨੇ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਆਪਣੇ ਮਾਂ ਪਿਓ ਨੂੰ ਕਦੀ ਤੰਗ ਨਹੀਂ ਕੀਤਾ ਸੀ ਪੈਸੇ ਵਾਸਤੇ ਤਾਂ ਆਪਣੀ ਪੜ੍ਹਾਈ ਵੀ ਕੀਤੀ ਅਤੇ ਬਾਹਰ ਵੀ ਗਿਆ ਅਤੇ ਗਾਣੇ ਲਿਖ ਲਿਖ ਕੇ ਆਪਣੇ ਪੈਸੇ ਜਿਹੜਾ ਰੋਜ਼ ਆਪਣਾ ਗਾਣੇ ਵੇਚਦਾ ਹੁੰਦਾ ਸੀ। ਅਜੇ ਕੁਮਾਰ ਜੀ ਕਿਹਾ ਜਾਂਦਾ ਵੀ ਹਮੇਸ਼ਾ ਸਿੱਧੂ ਮੂਸੇਵਾਲਾ ਆਪਣੇ ਗੀਤਾਂ ਜਿਹੜਾ ਗੀਤ ਲਿਖਦਾ ਸੀ ਉਹ ਜਿਹੜਾ ਸੱਚਾਈ ਲਿਖਦਾ ਸੀ ਉਸਨੇ ਕਿਹਾ ਸੀ ਵੀ ਮੇਰੇ ਮਰਨ ਤੋਂ ਬਾਅਦ ਮੇਰੇ ਯਾਰਾਂ ਦੇ ਬਾਹਾਂ 'ਤੇ ਜਿਹੜਾ ਵਾ ਟੈਟੂ ਹੋਣਗੇ ਅਤੇ ਅਸੀਂ ਉਹ ਵੇਖਣ ਨੂੰ ਮਿਲਿਆ ਵੀ ਜਦੋਂ ਸਿੱਧੂ ਮੂਸੇਵਾਲ ਦੀ ਮੌਤ ਹੁੰਦੀ ਆ ਉਸ ਨੂੰ ਚਾਹੁਣ ਵਾਲੇ ਜਿਹੜੇ ਉਸਦੇ ਫੈਨ ਨੇ ਜਾਂ ਉਸਦੇ ਯਾਰ ਦੋਸਤ ਨੇ ਸਾਰਿਆਂ ਨੇ ਉਸਦੇ ਆਪਣੀ ਬਾਹਾਂ 'ਤੇ ਜਿਹੜਾ ਸਿੱਧੂ ਮੂਸੇਵਾਲਾ ਟੈਟੂ ਬਣਾਇਆ ਕਿ ਲੱਗਦਾ ਜਿਹੜੀ ਸਿੱਧੂ ਮੂਸੇ ਨੇ ਗੀਤ ਜੀ ਗੱਲਾਂ ਕਹੀਆਂ ਸੀ ਉਹ ਗੱਲਾਂ ਸੱਚ ਹੋ ਗਈਆਂ ਨੇ? ਸਿੱਧੂ ਮੂਸੇਵਾਲੇ ਕਈ ਬੰਦੇ ਰੱਬ ਦੇ ਬੰਦੇ ਜਿਹੜੇ ਹੁੰਦੇ ਨਾ ਉਹਨਾਂ ਦੇ ਮੂੰਹ ਸੱਚ ਹੀ ਨਿਕਲਦਾ ਅਤੇ ਉਹਨਾਂ ਦੀ ਉਮਰਾਂ ਵੀ ਥੋੜ੍ਹੀਆਂ ਹੁੰਦੀਆਂ ਮਗਰ ਉਹ ਅੱਜ ਚਲਿਆ ਤਾਂ ਗਿਆ ਮਗਰ ਸਾਡੇ ਦਿਲਾਂ 'ਚ ਜਿੰਦਾ ਰਹੇਗਾ। ਉਹਨਾਂ ਨੇ ਮੈਂ ਦੇਖਿਆ ਕਿ ਬੜੋ ਜ਼ਿਆਦਾ ਸਾਥੀ ਜਿਹੜੇ ਸਾਡੇ ਨੌਜਵਾਨ ਭਰਾ ਭਰੂ ਆ ਸਾਰੇ ਟੈਟੂ ਬਣਾ ਰਹੇ ਆ ਮੇਰਾ ਬੇਟਾ ਵੀ ਕਹਿੰਦਾ ਮੈਨੂੰ ਟੈਟੂ ਬਣਾ ਕੇ ਦਿਉ ਮੇਰਾ ਵੀ ਜਲਦੀ ਜਿਹੜਾ ਇਹਨੂੰ ਟੈਟੂ ਬਣਵਾ ਕੇ ਦਊਂਗਾ ਅਤੇ ਬਾਕੀ ਜਿਹੜਾ ਉਹ
ਸਾਨੂੰ ਰਸਤਾ ਦਿਖਾ ਗਏ ਹੈ ਨਾ ਮੈਨੂੰ ਦੱਸੋ ਵੀ ਗੱਲ ਕਰੀਏ ਅਜੀਤ ਕੁਮਾਰ ਜੀ ਕਿਹਨੂੰ ਗੁਨਾਹਗਾਰ ਮੰਨਦੇ ਹੋ ਸਿੱਧੂ ਮੂਸੇਵਾਲੇ ਦੀ ਮੌਤ ਦਾ ਜ਼ਿੰਮੇਵਾਰ ਕਿਹਨੂੰ ਸਮਝਦੇ ਹੋ ਦੇਖੋ ਜੀ ਜਿਹੜਾ ਸਿੱਧੂ ਮੂਸੇਵਾਲੇ ਦੀ ਜਿਹੜੀ ਮੌਤ ਹੋਈ ਆ ਬਹੁਤ ਦਰਦਨਾਕ ਹੋਈ ਆ ਦਿਲ ਨੂੰ ਝੰਜੋੜਨ ਵਾਲੀ ਜਿਹੜੀ ਘਟਨਾ ਆ ਕਦੀ ਭੁਲਾਈ ਨਹੀਂ ਜਾ ਸਕਦੀ ਜਿਹੜੀ ਇਹ ਪੰਜਾਬ ਸਰਕਾਰ ਨਵੀਂ ਆਈ ਆ ਮੈਂ ਸਿੱਧੇ ਤੌਰ 'ਤੇ ਕਹਿਣਾ ਚਾਹੁੰਦਾ ਸਭ ਤੋਂ ਜ਼ਿਆਦਾ ਕਸੂਰ ਇਹਨਾਂ ਦਾ ਜਦੋਂ ਉਹਨਾਂ ਨੇ ਇੰਨੇ ਫੋਨ ਆਉਂਦੇ ਸੀ ਇਹਨਾਂ ਸੈਲੀਬ੍ਰਿਟੀ ਕਰੋੜਾਂ ਰੁਪਈਆ ਟੈਕਸ ਭਰਦਾ ਸਰਕਾਰ ਨੂੰ ਆਪਣਾ ਟੈਕਸ ਭਰਦਾ ਅਤੇ ਉਹ ਸਰਕਾਰ ਨੇ ਉਹਦੀ ਸਿਕਿਉਰਟੀ ਖੋਲ੍ਹੀ ਮਗਰ ਜਿਹੜੀ ਇਹ ਭਗਵੰਤ ਮਾਨ ਦੀ ਸਰਕਾਰ ਇਹਨੇ ਆਪਣੀ ਭੈਣ ਕੋਲ ਸਿਕਿਉਰਟੀ ਨਹੀਂ ਲਿੱਤੀ ਆਪਣੀ ਮਾਂ ਕੋਲ ਸਿਕਿਉਰਟੀ ਨਹੀਂ ਲਿੱਤੀ ਆਪਣੇ ਬੰਦਿਆਂ ਕੋਲ ਨਹੀਂ ਸਿਕਿਉਰਟੀ ਦਿੱਤੀ ਮਗਰ ਇਹਨੇ ਆਪਣੇ ਐਂਟੀ ਬੰਦੇ ਜਿਹੜੇ ਦੂਸਰੀ ਪਾਰਟੀ ਲੜੇ ਉਹਨਾਂ ਸਾਰੀਆਂ ਸਿਕਿਉਰਟੀਆਂ ਵਾਪਸ ਲੈਣੀਆਂ ਅਤੇ ਚਾਹੁੰਦਾ ਤਾਂ ਸਾਰੀਆਂ ਸਿਕਿਉਰਟੀਆਂ ਵਾਪਸ ਲੈਂਦਾ ਤਾਂ ਫਿਰ ਮਜ਼ਾ ਆਉਂਦਾ ਮਗਰ ਇਹਨੇ ਇਕੱਲੀਆਂ ਜਿਹੜੇ ਫੇਮਸ ਬੰਦੇ ਉਹਨਾਂ ਨੇ ਸਿਕਿਉਰਟੀਆਂ ਲੈ ਲਈਆਂ ਅਤੇ ਸਾਡੀ ਜਿਹੜੀ ਪੰਜਾਬ ਸਰਕਾਰ ਨੇ ਸਾਡਾ ਸਿੱਧੂ ਮੂਸੇਵਾਲਾ ਸਾਡੇ ਕੋਲ ਖੋਲਿਆ ਸਾਰਾ ਸਾਰਾ ਜੁੰਮਾ ਇਹਨਾਂ ਪੰਜਾਬ ਸਰਕਾਰ ਦਾ ਤਾਂ ਕਿ ਜਿਹੜੇ ਹਜੇ ਤੱਕ ਉਰੇ ਕਾਤਿਲਾ ਉਹਦੇ ਫੜੇ ਨਹੀਂ ਗਏ ਜਿਹੜੇ ਫੜੇ ਜਾਂਦੇ ਇੱਧਰ ਉੱਧਰੋਂ ਫੜ ਕੇ ਉਹਨਾਂ ਨੂੰ ਪੇਸ਼ ਕਰੀ ਜਾਂਦੇ ਆ ਪੰਜਾਬ ਸਾਡਾ ਐਡਾ ਵੱਡਾ ਪੰਜਾਬ ਦੇ ਵਿੱਚੋਂ ਬਾਹਰ ਨਿਕਲਣਾ ਕਿਹੜਾ ਸੌਖਾ ਜਗ੍ਹਾ ਜਗ੍ਹਾ ਤੇ ਟੋਲ ਪਲਾਜ਼ੇ ਲੱਗੇ ਜਗ੍ਹਾ ਜਗ੍ਹਾ ਤੇ ਕੈਮਰੇ ਲੱਗੇ ਆ ਮਗਰ ਜੇ ਫੜ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਜਿਹੜਾ ਕਿ ਸਿੱਧੂ ਮੂਸੇਵਾਲੇ ਦੇ ਫੈਨ ਨੇ ਦੋਵੇਂ ਪਿਓ ਪੁੱਤ ਨੇ ਅੱਜ ਆ ਕੇ ਇੱਥੇ ਆ ਕੇ ਗਰੀਬ ਲੋਕਾਂ ਦੇ ਨਾਲ ਜਿਹੜਾ ਵਾ ਸਿੱਧੂ ਮੂਸੇਵਾਲਾ ਜਿਹੜਾ ਕਿ ਜਨਮਦਿਨ ਮਨਾਇਆ ਗਿਆ ਤੁਸੀਂ ਦੇਖਿਆ ਵੀ ਵੱਡੀ ਤਾਦਾਦ ਵਿੱਚ ਇੱਥੇ ਆ ਕੇ ਜਿਨ੍ਹਾਂ ਨੂੰ ਕੋਈ ਨਹੀਂ ਪੁੱਛਦਾ ਉਹਨਾਂ ਨਾਲ ਜਿਹੜਾ ਜਨਮਦਿਨ ਮਨਾਇਆ ਗਿਆ ਵਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂ ਆਰਿਆਂ ਦੇ ਨਾਲ ਆਰਿਆਂ ਜੀ ਅਸੀਂ ਦੇਖਦੇ ਸਿੱਧੂ ਮੂਸੇਵਾਲਾ ਹਮੇਸ਼ਾ ਆਪਣੇ ਗੀਤਾਂ ਵਿੱਚ ਥਾਪੀ ਮਾਰਦੇ ਹੁੰਦੇ ਸੀ ਠੀਕ ਹੈ ਇੱਕ ਉਹਨਾਂ ਦੀ ਯਾਦ ਵਿੱਚ ਇੱਕ ਸ਼ਰਧਾਂਜਲੀ ਦੇਣ ਵਾਸਤੇ ਆ ਜਨਮਦਿਨ ਦੇ ਜ਼ਰੂਰ ਥਾਪੀ ਮਾਰ ਕੇ ਜ਼ਰੂਰ ਗਾਣਾ ਜ਼ਰੂਰ ਬੋਲਦੇ ਦੋ ਲੈਣਾ ਕੋਈ ਵੀ ਗਾਣੇ ਦੀ ਬੋਲਦੇ ਹੋ ਅਤੇ ਜਾਂਦੇ ਜਾਂਦੇ ਥਾਪੀ ਜ਼ਰੂਰ ਮਾਰ ਦਿਓ ਹਾਂਜੀ ਮੁਸੀਬਤਾਂ ਦੇ ਮਰਦਾਂ ਦੇ ਪੈਂਦੀ ਰਹਿੰਦੀ ਹੈ ਦੁਨੀਆ ਸਵਾਦ ਲੈਂਦੀ ਹੈ ਜਿਹੜੇ ਰਸਤੇ ਦੇ ਤੂਰ ਤੁਰਿਆ ਇੱਥੇ ਬਦਨਾਮੀ ਹਾਈ ਰੇਟ ਮਿਲੂਗੀ ਨਹੀਂ ਤਾਂ ਕੰਟਰੋਲ ਸਕਰੇਟ ਮਿਲੂਗੀ ਧਰਮਾਂ ਦੇ ਨਾਮ 'ਤੇ ਡਿਬੇਟ ਮਿਲੂਗੀ ਸੱਚੇ ਬੋਲੇਗਾ 295 'ਚ ਹੇਠ ਮਿਲੂਗੀ ਵਾਹ ਜੀ ਵਾਹ ਤੁਸੀਂ ਦੇਖਿਆ ਤਸਵੀਰਾਂ ਵਿੱਚ ਕਿਸ ਤਰ੍ਹਾਂ ਜਿਹੜੇ ਪਿਓ ਪੁੱਤਾਂ ਨੇ ਸਿੱਧੂ ਮੂਸੇ ਦੀ ਯਾਦ ਵਿੱਚ ਜਨਮਦਿਨ ਕੱਟਿਆ ਅਤੇ ਉਸ ਨੂੰ ਜਿਹੜਾ ਇੱਕ ਵਾਰੀ ਫਿਰ ਤੋਂ ਯਾਦ ਕੀਤਾ ਗਿਆ ਅਤੇ ਕਿਹਾ ਗਿਆ ਵੀ ਸਿੱਧੂ ਮੂਸੇਵਾਲਾ ਕਦੇ ਵੀ ਜਿਹੜਾ ਮਰ ਨਹੀਂ ਸਕਦਾ ਹਮੇਸ਼ਾ ਸਾਡੇ ਦਿਲਾਂ ਵਿੱਚ ਰਾਜ ਕਰਦਾ ਰਹੇਗਾ ਅਤੇ ਇਸੇ ਤਰ੍ਹਾਂ ਹੀ ਜਿਹੜਾ ਵਾ ਸਿੱਧੂ ਮੂਸੇਵਾਲਾ ਜਿਹੜਾ ਅਮਰ ਰਹੇਗਾ ਇਸਦੇ ਜਿਹੜੇ ਨਾਅਰੇ ਲਾਏ ਜਾ ਰਹੇ ਨੇ ਪਿਓ ਪੁੱਤਾਂ ਵੱਲੋਂ ਅਤੇ ਕਿਹਾ ਗਿਆ ਖਾਸ ਕਰਕੇ ਸਿੱਧੂ ਮੂਸੇਵਾਲਾ ਹਮੇਸ਼ਾ ਸਾਡੇ ਦਿਲਾਂ ਵਿੱਚ ਰਾਜ ਕਰਦਾ ਰਹੇਗਾ ਮੈਨੂੰ ਦਿਓ ਇਜਾਜ਼ਤ ਮੈਂ ਹਰਜੀਤ ਗਰੇਵਾਲ ਅੰਮ੍ਰਿਤਸਰ ਤੋਂ